ਬਹੁਤ ਸਾਰੇ ਲੋਕ ਖਾਣਾ ਖਾਣ ਤੋਂ ਬਾਅਦ ਐਸਟੀਡੀ, ਗੈਸ, ਤੇਜ਼ਾਬ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਹਨਾਂ ਸਮੱਸਿਆਵਾਂ ਦਾ ਹੱਲ ਤਾਂ ਉਹੀ ਬਿਆਨ ਕਰ ਸਕਦੇ ਹਨ ਜਿਨ੍ਹਾਂ ਨਾਲ ਬੀਤਦੀ ਹੈ। ਇਹੋ ਜਿਹੇ ਲੋਕ ਕੁਝ ਵੀ ਖਾਣ ਤੋਂ ਪਹਿਲਾਂ ਡਰਨ ਲੱਗ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਆਪਣੀ ਸਮੱਸਿਆ ਦਾ ਪਤਾ ਹੁੰਦਾ ਹੈ। ਖਾਣਾ ਖਾਣ ਦੇ ਦੌਰਾਨ ਹੀ ਦਰਦ ਹੋਣ ਲੱਗ ਜਾਂਦਾ ਹੈ ਜਾਂ ਫਿਰ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ਅਤੇ ਪੇਟ ਅਪਸੈਟ ਹੋਣਾ ਸ਼ੁਰੂ ਹੋ ਜਾਂਦਾ ਹੈ। ਦੋਸਤੋ, ਵੈਸੇ ਇਹਨਾਂ ਸਮੱਸਿਆਵਾਂ ਤੋਂ ਤੁਰੰਤ ਰਾਹਤ ਪਾਉਣ ਲਈ ਮੈਡੀਕਲ ਸਟੋਰ 'ਤੇ ਬਹੁਤ ਸਾਰੀਆਂ ਦਵਾਈਆਂ ਮਿਲ ਜਾਂਦੀਆਂ ਹਨ, ਪਰ ਜੇਕਰ ਇਹ ਸਮੱਸਿਆਵਾਂ ਬਾਰ ਬਾਰ ਹੋ ਰਹੀਆਂ ਹਨ ਤਾਂ ਕਿੰਨਾ ਕੁ ਚਿਰ ਤੁਸੀਂ ਮੈਡੀਕਲ ਤੋਂ ਦਵਾਈਆਂ ਲੈ ਕੇ ਖਾਂਦੇ ਰਹੋਗੇ? ਇਸ ਦਾ ਕੋਈ ਪੱਕਾ ਹੱਲ ਕਦੇ ਨਾ ਕਦੇ ਤਾਂ ਕਰਨਾ ਹੀ ਪਵੇਗਾ। ਜੋ ਸਿਹਤ ਦਾ ਧਿਆਨ ਨਹੀਂ ਰੱਖਦੇ ਤੇ ਕੋਈ ਵੀ ਕਸਰਤ ਨਹੀਂ ਕਰਦੇ ਉਹਨਾਂ ਨੂੰ 30 ਸਾਲ ਦੀ ਉਮਰ ਟੱਪਣ ਤੋਂ ਬਾਅਦ ਤਾਂ ਬਿਮਾਰੀਆਂ ਇੱਕਦਮ ਹੀ ਆ ਘੇਰਦੀਆਂ ਹਨ। ਜੇਕਰ ਤੁਸੀਂ ਐਲੋਪੈਥੀ ਦਵਾਈਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਅਸੀਂ ਘਰੇਲੂ ਨੁਸਖਾ ਤਿਆਰ ਕੀਤਾ ਹੈ, ਇਸ ਨੂੰ ਅਜਮਾਇਆ ਵੀ ਹੈ। ਤੁਸੀਂ ਵੀ ਜੇਕਰ ਇਹ ਨੁਸਖਾ ਟਰਾਈ ਕਰਨਾ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਇਹ ਨੁਸਖਾ ਕਿਵੇਂ ਬਣਾਉਣਾ ਹੈ। ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਚਾਹੀਦਾ ਹੈ ਸਾਬਤ ਧਨੀਏ ਦੇ ਬੀਜ, ਸੌਂਫ ਅਤੇ ਜੀਰਾ। ਇਹ ਤਿੰਨੋਂ ਚੀਜ਼ਾਂ 100-100 ਗ੍ਰਾਮ ਲੈਣੀਆਂ ਹਨ। ਜੇ ਤੁਸੀਂ ਸਿਰਫ ਅਜੇ ਟਰਾਈ ਹੀ ਕਰਨਾ ਹੈ ਤਾਂ ਥੋੜ੍ਹਾ ਵੀ ਬਣਾ ਸਕਦੇ ਹੋ, ਜਿਵੇਂ ਤਿੰਨੋਂ ਚੀਜ਼ਾਂ 2-2 ਚਮਚ ਲੈ ਸਕਦੇ ਹੋ। ਇਹਨਾਂ ਤਿੰਨੋਂ ਚੀਜ਼ਾਂ ਨੂੰ ਬਰਾਬਰ ਮਾਤਰਾ ਵਿੱਚ ਤਵੇ 'ਤੇ ਪਾ ਕੇ ਭੁੰਨ ਲਵੋ। ਭੁੰਨਣਾ ਉਦੋਂ ਤੱਕ ਹੈ ਜਦੋਂ ਤੱਕ ਇਸ ਦੀ ਨਮੀ ਖਤਮ ਨਾ ਹੋ ਜਾਵੇ ਅਤੇ ਰੰਗ ਭੂਰਾ ਨਾ ਹੋ ਜਾਵੇ। ਬਾਅਦ ਵਿੱਚ ਗੈਸ ਨੂੰ ਬੰਦ ਕਰਕੇ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਜਦੋਂ ਠੰਡਾ ਹੋ ਜਾਵੇ ਤਾਂ ਇਸ ਨੂੰ ਪਾਊਡਰ ਬਣਾਉਣ ਲਈ ਕੂੰਡੀ ਸੋਟੇ ਵਿੱਚ ਪਾ ਲਓ। ਜੇ ਮਿਕਸੀ ਵਿੱਚ ਬਣਾਉਣਾ ਹੈ ਤਾਂ ਮਿਕਸੀ ਵਿੱਚ ਵੀ ਬਣਾ ਸਕਦੇ ਹੋ, ਪਰ ਇਸ ਨੂੰ ਥੋੜ੍ਹਾ ਜਿਹਾ ਮੋਟਾ ਰੱਖਣਾ ਹੈ, ਜ਼ਿਆਦਾ ਬਰੀਕ ਨਹੀਂ ਕਰਨਾ, ਦਰਦਰਾ ਹੀ ਰੱਖਣਾ ਹੈ। ਮਿਕਸ ਕਰਨ ਤੋਂ ਪਹਿਲਾਂ ਇਸ ਵਿੱਚ 100 ਗ੍ਰਾਮ ਮਿਸ਼ਰੀ ਜ਼ਰੂਰ ਪਾ ਲਿਓ। ਮਿਸ਼ਰੀ ਦੀ ਤਸੀਰ ਠੰਡੀ ਹੁੰਦੀ ਹੈ ਜੋ ਤੁਹਾਨੂੰ ਹੋਰ ਵੀ ਫਾਇਦਾ ਦੇਵੇਗੀ। ਹੁਣ ਗੱਲ ਕਰਦੇ ਹਾਂ ਕਿ ਇਸ ਨੂੰ ਕਦੋਂ ਅਤੇ ਕਿੰਨੀ ਮਾਤਰਾ ਵਿੱਚ ਖਾਣਾ ਹੈ। ਤੁਸੀਂ ਹਰ ਰੋਜ਼ ਖਾਣਾ ਖਾਣ ਤੋਂ ਬਾਅਦ 1 ਚਮਚ ਇਸ ਨੂੰ ਖਾਣਾ ਹੈ। ਜਿਨ੍ਹਾਂ ਨੂੰ ਤਕਲੀਫ ਬਹੁਤ ਜ਼ਿਆਦਾ ਰਹਿੰਦੀ ਹੈ ਉਹਨਾਂ ਨੇ ਤਿੰਨੋਂ ਟਾਈਮ ਹੀ ਖਾਣਾ ਹੈ। ਜਿਨ੍ਹਾਂ ਨੂੰ ਥੋੜ੍ਹੀ ਘੱਟ ਹੈ ਉਹਨਾਂ ਨੇ ਦਿਨ ਵਿੱਚ 2 ਵਾਰ ਖਾਣਾ ਹੈ। ਪਹਿਲੇ 1-2 ਦਿਨਾਂ ਵਿੱਚ ਹੀ ਤੁਹਾਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਵੇਗਾ। ਜਿਵੇਂ ਕਹਿੰਦੇ ਹਨ, ਇਲਾਜ ਨਾਲੋਂ ਪਰਹੇਜ਼ ਚੰਗਾ। ਇਸੇ ਤਰ੍ਹਾਂ ਕੋਸ਼ਿਸ਼ ਕਰੋ ਕਿ ਜ਼ਿਆਦਾ ਮਿਰਚ ਮਸਾਲੇ ਵਾਲੀਆਂ ਚੀਜ਼ਾਂ, ਤਲੀਆਂ ਚੀਜ਼ਾਂ, ਫਾਸਟ ਫੂਡ ਘੱਟ ਖਾਓ, ਜੇ ਹੋ ਸਕੇ ਤਾਂ ਨਾ ਖਾਓ। ਤੁਸੀਂ ਹੀ ਫੈਸਲਾ ਲੈਣਾ ਹੈ ਕਿ ਮੂੰਹ ਦਾ ਸਵਾਦ ਜ਼ਿਆਦਾ ਜ਼ਰੂਰੀ ਹੈ ਜਾਂ ਸਰੀਰ। ਇਹ ਨੁਸਖਾ ਦੇਸੀ ਹੈ, ਇਸ ਕਰਕੇ ਇਸਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਤੁਸੀਂ ਥੋੜ੍ਹੀ ਮਾਤਰਾ ਵਿੱਚ ਬਣਾ ਕੇ ਇਸਨੂੰ ਪਹਿਲਾਂ ਚੈੱਕ ਵੀ ਕਰ ਸਕਦੇ ਹੋ। ਜੇਕਰ ਨਹੀਂ ਚੰਗਾ ਲੱਗਾ ਤਾਂ ਤੁਸੀਂ ਉਸਨੂੰ ਉਸੇ ਸਮੇਂ ਬੰਦ ਕਰ ਸਕਦੇ ਹੋ, ਕਿਉਂਕਿ ਸਰੀਰ ਨਾਲੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ। ਤੁਸੀਂ ਤੇ ਤੁਹਾਡਾ ਪਰਿਵਾਰ ਸਿਹਤਮੰਦ ਰਹੇ ਅਸੀਂ ਇਹੀ ਅਰਦਾਸ ਕਰਦੇ ਹਾਂ। ਜੇ ਵੀਡੀਓ ਤੋਂ ਕੋਈ ਫਾਇਦਾ ਮਿਲੇ, ਯੂਟਿਊਬ ਦੇ ਇਸ ਨਵੇਂ ਬਟਨ ਨੂੰ ਦੱਬ ਕੇ ਚੈੱਕ ਕਰ ਸਕਦੇ ਹੋ। ਕੰਮ ਦੀ ਵੀਡੀਓ ਨੂੰ ਤਾਂ ਸਿਆਣਾ ਬੰਦਾ ਆਪੇ ਹੀ ਲਾਈਕ ਸ਼ੇਅਰ ਕਰ ਦਿੰਦਾ ਹੈ, ਤੇ ਜੇਕਰ ਇਸੇ ਤਰ੍ਹਾਂ ਦੀਆਂ ਹੋਰ ਕੰਮ ਦੀਆਂ ਵੀਡੀਓ ਦੇਖਣੀਆਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।